ਆਟੋਮੈਟਿਕ ਮਕਈ ਲਾਉਣ ਦੇ ਨਾਲ ਨਾਲ ਇਹ ਆਟੋਮੈਟਿਕ ਨਰਮਾ ਵੀ ਲਾਉਂਦਾ ਜੇ, ਅੱਗੇ ਨਰਮੇ ਦਾ ਵੀ ਸੀਜ਼ਨ ਸ਼ੁਰੂ ਹੋ ਰਿਹਾ ਜੇ। ਨਰਮੇ ਵਾਲੇ ਪਲਾਂਟਰ ਵੀ ਮੇਰੇ ਆਰਡਰ 'ਤੇ ਅਲਹਮਦੁਲਿਲਾ ਤਿਆਰ ਹੋ ਰਹੇ ਨੇ ਜੀ। ਅਤੇ ਉਸ ਤੋਂ ਬਾਅਦ ਫਿਰ ਤੁਸੀਂ ਨਰਮਾ, ਮੱਕੀ, ਮਟਰ, ਚਨੇ, ਭਿੰਡੀ, ਤਲੀ ਸਾਈਡ 'ਤੇ ਬੀਜ ਲੱਗਦਾ ਪਿਆ ਵਾ, ਇਹਨੂੰ ਆਪਾਂ ਸਾਈਡ 'ਤੇ ਸਿਰੇ 'ਤੇ ਵੀ ਲਗਾ ਸਕਦੇ, ਬਿਲਕੁਲ ਸਿਰੇ 'ਤੇ ਸਾਈਡ 'ਤੇ ਥੱਲੇ, ਜਿਹੜਾ ਕਿ ਲੇਬਰ ਦੇ ਕੋਲੋਂ ਆਪਾਂ ਲਵਾਈਦਾ ਸੀ ਨਾ ਚੋਪਾਂ, ਸਾਈਡਾਂ 'ਤੇ ਇੱਥੇ ਲਗਾਉਂਦੇ ਆ ਸਾਈਡਾਂ 'ਤੇ, ਠੀਕ ਆ ਜੀ। ਇਹ ਸਾਈਡ 'ਤੇ ਵੀ ਲੱਗ ਜਾਏਗਾ, ਉੱਤੇ ਵੀ ਲਾਏਗਾ, ਉਸ ਉੱਤੇ ਵੀ, ਯਾਨੀ ਕਿ ਜਿੰਨਾ ਮਰਜ਼ੀ ਅਡਜਸਟੇਬਲ ਕਰ ਸਕਦੇ ਹੋ ਤੁਸੀਂ ਸਾਡੇ ਵਾਲੇ ਪਲਾਂਟਰ ਦੇ। ਸਟੀਲ ਦੀ ਗਰਾਰੀ ਇਹ ਵਾਲੀ, ਠੀਕ ਆ, ਪਿਛਲੇ ਸਾਲ ਤੋਂ 2 ਸਾਲਾਂ ਤੋਂ ਅਸੀਂ ਇਹ ਵਾਲੀਆਂ ਪਾਉਂਦੇ ਆ ਰਹੇ ਹਾਂ। ਇਹ ਹੈਗੀ ਆ ਪਲਾਸਟਿਕ ਦੀ ਗਰਾਰੀ, ਜਦੋਂ ਪਲਾਸਟਿਕ ਦੀ ਗਰਾਰੀ ਦੇ ਵਿੱਚ ਪਲੇ ਪੈ ਜਾਂਦੀ ਨਾ, ਦੇਖੋ ਜਦੋਂ ਦੰਦੇ ਨਾਲ ਦੰਦਾ ਚੱਲਦਾ, ਚੱਲ ਚੱਲ ਕੇ ਜਦੋਂ 70-80 ਕਿੱਲੇ 100 ਕਿੱਲਾ ਚੱਲਦਾ, ਪਲੇ ਜਦੋਂ ਪੈ ਜਾਂਦੀ ਤਾਂ ਜ਼ਿਆਦਾ ਪਲੇ ਪੈ ਜਾਂਦੀ ਹੈ, ਫਿਰ ਇਹ 2-3 ਦਿਨ। ਅਸਲਾਮ ਵਾਲੇਕੁਮ ਪਾਕਿਸਤਾਨ, ਕੀ ਹਾਲ ਚਾਲ ਆ ਕਿਸਾਨ ਵੀਰੋ, ਦੋਸਤੋ, ਅੱਜ ਮੈਂ ਤੁਹਾਡੀ ਖਿਦਮਤ 'ਚ ਫਿਰ ਹਾਜ਼ਰ ਹਾਂ ਜੀ। ਦਸੰਬਰ ਦਾ ਮਹੀਨਾ ਜੇ 2023 ਜੇ, ਅਤੇ ਸਾਡੇ ਬਹੁਤ ਹੀ ਅੱਛੇ ਕਸਟਮਰ ਜੀ ਚੌਧਰੀ ਲਿਆਸ ਗੁਰਾਇਆ ਸਾਹਿਬ, ਇਹ ਉਹਨਾਂ ਵਾਸਤੇ ਅਸੀਂ ਨਾ ਜੀ ਪਲਾਂਟਰ ਤਿਆਰ ਕੀਤਾ ਜੇ, ਇਨਸ਼ਾਅੱਲਾ ਅੱਜ ਡਿਲੀਵਰ ਹੋ ਜਾਣਾ ਜੇ। ਇਹ ਪਲਾਂਟਰ ਕੀ ਕੰਮ ਕਰਦਾ ਜੇ, ਅਤੇ ਇਹ ਕਿਸ ਮਕਸਦ ਵਾਸਤੇ ਉਹਨਾਂ ਨੇ ਬਣਾਇਆ ਜੇ, ਔਰ ਕੀ ਕੰਮ ਇਹ ਤੋਂ ਆਪਾਂ ਲੈ ਸਕਦੇ ਹਾਂ, ਮੁਕੰਮਲ ਤਫਸੀਲ ਨਾਲ ਵੀਡੀਓ ਮੈਂ ਤੁਹਾਨੂੰ ਇਨਸ਼ਾਅੱਲਾ ਦੱਸਦਾ ਜੀ। ਇਹ ਜੀ ਮੱਕੀ ਪਲਾਂਟਰ ਲਗਾ ਬਣਾਇਆ ਜੇ, ਮਕਈ ਆਟੋਮੈਟਿਕ ਲਗਾਉਂਦਾ ਜੇ। ਆਟੋਮੈਟਿਕ ਮਕਈ ਲਾਉਣ ਦੇ ਨਾਲ ਨਾਲ ਇਹ ਆਟੋਮੈਟਿਕ ਨਰਮਾ ਵੀ ਲਾਉਂਦਾ ਜੇ, ਅੱਗੇ ਨਰਮੇ ਦਾ ਵੀ ਸੀਜ਼ਨ ਸ਼ੁਰੂ ਹੋ ਰਿਹਾ ਜੇ। ਨਰਮੇ ਵਾਲੇ ਪਲਾਂਟਰ ਵੀ ਮੇਰੇ ਆਰਡਰ 'ਤੇ ਅਲਹਮਦੁਲਿਲਾ ਤਿਆਰ ਹੋ ਰਹੇ ਨੇ ਜੀ। ਅਤੇ ਉਸ ਤੋਂ ਬਾਅਦ ਫਿਰ ਤੁਸੀਂ ਨਰਮਾ, ਮੱਕੀ, ਮਟਰ, ਚਨੇ, ਭਿੰਡੀ, ਯਾਨੀ ਕਿ ਕਾਫੀ ਐਟਮਾਂ ਇਹਦੇ ਨਾਲ ਤੁਸੀਂ ਲਗਾ ਸਕਦੇ ਇਸ ਪਲਾਂਟਰ ਦੇ ਨਾਲ। ਉਹ ਕਿਸ ਤਰ੍ਹਾਂ ਲਗਾ ਸਕਦੇ ਹਾਂ, ਆਟੋਮੈਟਿਕ ਅਸੀਂ ਨੂੰ ਕਿਉਂ ਕਿਹਾ ਜਾਂਦਾ ਵਾ, ਮੈਂ ਤੁਹਾਨੂੰ ਦੱਸਦਾ ਜੀ ਇਹਦੀ ਮੁਕੰਮਲ ਤਫਸੀਲ। ਸਭ ਤੋਂ ਪਹਿਲੇ ਤਾਂ ਥੋੜ੍ਹਾ ਜਿਹਾ ਮੈਂ ਇਸ ਮਸ਼ੀਨ ਦਾ ਇੰਟਰੋਡਕਸ਼ਨ ਕਰਵਾ ਦਿਆਂ ਕਿ ਮਸ਼ੀਨ ਜਿਹੜੀ ਹੈਗੀ ਨਾ ਜੀ, ਇਹਨੂੰ ਆਟੋਮੈਟਿਕ ਮਕਈ ਪਲਾਂਟਰ ਕਿਹਾ ਜਾਂਦਾ ਜੀ, ਠੀਕ ਆ ਜੀ। ਅਤੇ ਉਸ ਤੋਂ ਬਾਅਦ ਜਿਹੜਾ ਹੈਗਾ ਨਾ ਜੀ, ਇਹ 2 ਪਰੇ ਵਾਲਾ ਬਣਾਇਆ ਜੇ। 2 ਪਰੇ ਵਾਲੇ ਦਾ ਇਹਦਾ ਰੇਟ ਵੀ, ਪ੍ਰਾਈਜ਼ ਵੀ ਮੈਂ ਤੁਹਾਨੂੰ ਦੱਸਦਾ ਵਾਂ, ਕੀ ਮਟੀਰੀਅਲ ਲੱਗਾ ਹੈ ਅਤੇ ਕਿੱਦਾਂ ਦਾ ਅਸੀਂ ਮਟੀਰੀਅਲ ਯੂਜ਼ ਕੀਤਾ ਜੇ, ਉਹ ਵੀ ਮੈਂ ਤੁਹਾਨੂੰ ਦੱਸਦਾ ਜੀ। 2 ਪਰੇ ਵਾਲੇ ਦਾ ਮਕਸਦ ਹੈਗਾ ਕਿ 1 ਅਤੇ 2, ਇਹਨੇ ਸਿਰਫ 1 ਬੈੱਡ ਬਣਾਉਣਾ ਅਤੇ 2 ਖਾਲੀਆਂ ਪਾਣੀਆਂ ਜੇ, ਠੀਕ ਆ ਜੀ। ਉਸ ਤੋਂ ਬਾਅਦ ਇਹਦੇ ਉੱਤੇ ਅਸੀਂ ਨਾ ਜੀ ਮਾਰਕੇ ਲਗਾਉਣ ਵਾਸਤੇ, ਮਾਰਕੇ ਦਾ ਜਿਹੜਾ ਹੈਗਾ ਨਾ ਜੀ, 2 ਪਰੇ ਵਾਲੇ ਦੇ ਨਾਲ ਜ਼ਰੂਰਤ ਨਹੀਂ ਹੁੰਦੀ ਹੈਂਡਲ ਦੀ, ਮਗਰ ਅਸੀਂ ਇਹਨੂੰ ਲਗਾ ਕੇ ਦਿੰਦੇ ਹਾਂ ਜੀ। ਇੱਥੇ ਹੈਂਡਲ ਲਗਾ ਕੇ ਦੇਈਦਾ ਜੇ, ਇਹ ਵਾਲਾ ਜਿਹੜਾ ਵਰਕ ਕਰਦਾ ਦੇਖੋ, ਇਹ ਜਿਹੜਾ ਹੈਂਡਲ ਇਹਦੇ ਨਾਲ ਮਾਰਕੇ ਨਾਲ ਲਗਾ ਕੇ ਨਾ ਜੀ, ਇਸ ਗੱਲੋਂ ਦੇਈਦਾ ਕਿ ਡਰਾਈਵਰ ਉੱਤੇ ਬੈਠਾ ਜੀ, ਜਦੋਂ ਮਾਰਕਾ ਇੱਕ ਸਾਈਡ 'ਤੇ ਸਿੱਟ ਦੇਣਾ ਵਾ, ਉੱਤੇ ਬੈਠੇ ਨੇ ਉਹਨੇ ਸਾਈਡ ਚੇਂਜ ਕਰ ਲੈਣੇ, ਠੀਕ ਆ ਜੀ। ਦੂਸਰੀ ਸਾਈਡ 'ਤੇ ਨਾ ਸਾਈਡ ਇੱਕ ਪਾਸੇ ਉੱਚਾ ਹੋ ਜਾਣਾ ਮਾਰਕਾ, ਇੱਕ ਪਾਸੇ ਨੀਵਾਂ ਹੋ ਜਾਣਾ। ਫਿਰ ਉਸ ਤੋਂ ਬਾਅਦ ਅਸੀਂ ਇਹਨੂੰ ਜਿਹੜਾ ਨਾ ਜੀ, ਇਹ 4 ਇੰਚੀ ਦਾ ਜਿਹੜਾ ਨਾ ਜੀ ਫਰੇਮ ਬਣਾ ਰਹੇ ਹਾਂ, ਜਿਹਦੇ ਘਿਓ ਕਾੜੇ ਦੇ ਵਿੱਚ ਪਹਿਲਾ ਜਿਹੜਾ ਖਲੀਫਾ ਅਫਜ਼ਲ ਖਲੀਫਾ ਮੁਦੱਸਰ ਦਾ ਇੰਡਸਟਰੀ ਵਾਲਿਆਂ ਲਾਇਆ ਸੀ, ਹੁਣ ਦੇਖੋ ਦੇਖੀ ਮਾਰਕੀਟ ਦੇ ਵਿੱਚ ਕਾਫੀ ਲੋਕ ਲਗਾਉਣ ਲੱਗ ਪਏ ਨੇ। ਅੱਛੀ ਗੱਲ ਹੈਗੀ ਹੈ, ਤਾਂ ਕਿ ਕਸਟਮਰ ਨੂੰ, ਕਿਸਾਨ ਭਾਈਆਂ ਨੂੰ ਜਿਹੜਾ ਨਾ ਜੀ ਚੀਜ਼ ਵੀ ਮਜ਼ਬੂਤ ਮਿਲੇ, ਵੇਖਣ 'ਚ ਵੀ ਖੂਬਸੂਰਤ ਹੋਵੇ ਅਤੇ ਚੱਲਣ 'ਚ ਵੀ ਇੰਤਹਾਈ ਸ਼ਾਨਦਾਰ ਚੱਲੇ। ਬਹੁਤ ਸ਼ੁਕਰੀਆ ਮੇਰੇ ਜਿਹੜੇ ਕਸਟਮਰ ਹੈਗੇ ਨੇ ਚੌਧਰੀ ਇਲਿਆਸ ਗੁਰਾਇਆ ਸਾਹਿਬ ਜੀ, ਇਹ ਉਹਨਾਂ ਵਾਸਤੇ ਡਿਲੀਵਰ ਹੋਣਾ ਜੇ, ਕੰਮ ਹੋ ਗਈ ਅਤੇ ਕੋਲ ਹੈ ਸੱਦ ਹੋ ਗਈ, ਇਹ ਉੱਥੇ ਜਾਣਾ ਹੈਗਾ ਜੀ, ਠੀਕ ਆ ਜੀ। ਮੈਂ ਤੁਹਾਨੂੰ ਆਪਣਾ ਫੋਨ ਨੰਬਰ ਵੀ ਦੱਸਦਾ ਜੀ, ਕਿਹੜਾ ਕਿਹੜਾ ਮਟੀਰੀਅਲ ਯੂਜ਼ ਹੋਇਆ ਜੀ, ਉਹ ਵੀ ਮੈਂ ਤੁਹਾਨੂੰ ਦਿਖਾ ਦਿੰਦਾ ਜੀ। ਹੁਣ ਅੱਗੇ ਜਿਹੜੇ ਅਸੀਂ ਨਵੇਂ ਮਾਡਲ ਦੇ ਵਿੱਚ ਬਣਾ ਰਹੇ ਹਾਂ, ਉਹ ਵੀ ਇਨਸ਼ਾਅੱਲਾ 1-2 ਦਿਨਾਂ ਦੇ ਵਿੱਚ ਰੰਗ ਹੋ ਜਾਣਗੇ, ਉਹ ਵੀ ਮੈਂ ਇਨਸ਼ਾਅੱਲਾ ਤੁਹਾਨੂੰ ਦਿਖਾਵਾਂਗਾ ਜੀ, ਅਤੇ ਕੀ ਅਸੀਂ ਇਹਦੀ ਚੇਂਜਿੰਗ ਕੀਤੀ ਹੈਗੀ ਜੀ। ਹੁਣ ਸ਼ੋਰੂਮ ਵੀ ਅਲਹਮਦੁਲਿਲਾ ਸਾਡਾ ਰੈਡੀ ਹੋ ਰਿਹਾ ਜੀ, ਬਸ ਥੋੜ੍ਹਾ ਬਹੁਤ ਕੰਮ ਰਹਿ ਗਿਆ ਜੀ। ਹੁਣ ਇਹ ਜਿਹੜਾ ਹੈਗਾ ਨਾ ਜੀ ਪਲਾਂਟਰ, ਆਟੋਮੈਟਿਕ ਖਾਦ ਸਿਸਟਮ ਲਗਾਇਆ ਇਹਨੂੰ ਮੁਕੰਮਲ, ਇਹਦੇ ਵਿੱਚ ਖਾਦ ਆਪਾਂ ਪਾ ਲੈਣੀ, ਜਦੋਂ ਖਾਦ ਪਾ ਕੇ ਆ ਵੀਲ ਨੂੰ ਨੀਚੇ ਕਰ ਲੈਣਾ, ਵੀਲ ਨੀਚੇ ਕਰਨਾ, ਟਰੈਕਟਰ 'ਤੇ ਪਾ ਕੇ ਜਦੋਂ ਆਟੋਮੈਟਿਕ ਖਿੱਚਣਾ ਨਾ ਜੀ ਡਰਾਈਵਰ ਨੇ, ਇਹ ਵੀਲ ਜਦੋਂ ਵਰਕ ਕਰਨਾ ਘੁੰਮਣਾ ਵਾ, ਨਾਲ ਨਾਲ ਖਾਦ ਵੀ ਡਿੱਗੀ ਜਾਣੀ ਹੈ, ਅਤੇ ਇਹ ਜਿਹੜਾ ਫਰੇਮ ਦੇ ਨਾਲ ਅਸੀਂ ਆ ਸ਼ਿਕੰਜੇ ਜਿਹੜੇ ਬਣਾ ਕੇ ਲਗਾਏ ਨਾ ਜੀ, ਇਹ ਵਾਲੇ ਸ਼ਿਕੰਜੇ, ਇਹਦੇ ਨਾਲ ਸੀਡਰ ਕੱਸੇ ਜਾਣੇ ਆ। ਉਹ ਸੀਡਰ ਦੀ ਕੁਆਲਿਟੀ ਵੀ ਮੈਂ ਤੁਹਾਨੂੰ ਦਿਖਾਉਂਦਾ ਵਾਂ, ਕੈਸੀ ਕੁਆਲਿਟੀ ਦਾ ਅਸੀਂ ਸੀਡਰ ਲਗਾ ਰਹੇ ਹਾਂ,
ਜਿਹੜਾ ਦੇ ਰਹੇ ਹਾਂ ਟੋਪ ਕਲਾਸ ਕੁਆਲਿਟੀ ਦਾ ਦੇ ਰਹੇ ਹਾਂ। ਅਤੇ ਫਿਰ ਉਸ ਤੋਂ ਬਾਅਦ ਸਾਡੇ ਪਲਾਂਟਰ ਦੀ ਇੱਕ ਖੂਬੀ ਇਹ ਹੈਗੀ ਹੈ ਕਿ ਸਾਡੇ ਵਾਲੇ ਪਲਾਂਟਰ ਦੇ ਨਾਲ ਨਾ ਤੁਸੀਂ ਉੱਤੇ ਵੀ ਮਕਈ ਲਗਾ ਸਕਦੇ, ਕੋਠੇ ਦੇ ਉੱਤੇ ਵੀ ਲਗਾ ਸਕਦੇ ਆ, ਨੀਚੇ ਵੀ ਲਗਾ ਸਕਦੇ, ਸਾਈਡ 'ਤੇ ਵੀ ਲਗਾ ਸਕਦੇ। ਛੋਟੀ ਜਿਹੀ ਮੈਂ ਨਾ ਇੱਕ ਤਸਵੀਰ ਮੈਂ ਆਪਣੇ ਸ਼ੋਰੂਮ ਦੇ ਵਿੱਚ ਲਗਵਾਈ ਹੈਗੀ, ਉਹ ਮੈਂ ਤੁਹਾਨੂੰ ਥੋੜ੍ਹਾ ਜਿਹਾ ਸਮਝਾਉਂਦਾ ਵਾਂ। ਅਤੇ ਇਹ ਦੇਖੋ, ਹੁਣ ਇਹ ਦੇਖੋ ਨਾ ਜੀ, ਹੁਣ ਆ ਪਲੈਂਡਰ ਚੱਲਦਾ ਪਿਆ ਜੇ, ਇਹ ਦੇਖੋ ਇਹ ਹੁਣ ਉਤਲੀ ਸਾਈਡ 'ਤੇ ਬੀਜ ਲੱਗਦਾ ਪਿਆ, ਖੇਲੀ ਦੇ ਉਤਲੀ ਸਾਈਡ 'ਤੇ ਬੀਜ ਲੱਗਦਾ ਪਿਆ ਵਾ। ਇਹਨੂੰ ਆਪਾਂ ਸਾਈਡ 'ਤੇ ਸਿਰੇ 'ਤੇ ਵੀ ਲਗਾ ਸਕਦੇ, ਬਿਲਕੁਲ ਸਿਰੇ 'ਤੇ ਸਾਈਡ 'ਤੇ ਥੱਲੇ, ਜਿਹੜਾ ਕਿ ਲੇਬਰ ਦੇ ਕੋਲ ਆਪਾਂ ਲਵਾਈਦਾ ਸੀ ਨਾ ਚੋਪਾਂ, ਸਾਈਡਾਂ 'ਤੇ ਇੱਥੇ ਲਗਾਉਂਦੇ ਆ ਸਾਈਡਾਂ 'ਤੇ, ਠੀਕ ਆ ਜੀ। ਇਹ ਸਾਈਡ 'ਤੇ ਵੀ ਲੱਗ ਜਾਏਗਾ, ਉੱਤੇ ਵੀ ਲਾਏਗਾ, ਉਸ ਉੱਤੇ ਵੀ ਯਾਨੀ ਕਿ ਜਿੰਨਾ ਮਰਜ਼ੀ ਐਡਜਸਟੇਬਲ ਕਰ ਸਕਦੇ ਹੋ ਤੁਸੀਂ ਸਾਡੇ ਵਾਲੇ ਪਲਾਂਟਰ ਦੇ ਨਾਲ, ਇਹ ਤੁਸੀਂ ਚਲਾ ਸਕਦੇ ਹੋ, ਠੀਕ ਆ ਜੀ। ਹੁਣ ਮੈਂ ਤੁਹਾਨੂੰ ਇਹ ਦਿਖਾਉਂਦਾ ਵਾਂ ਜੀ, ਇਹਦੇ ਨਾਲ ਅਸੀਂ ਮਸ਼ੀਨਾਂ ਕਿਹੜੀਆਂ ਲਗਾ ਰਹੇ ਹਾਂ ਉਹ ਵੀ ਮੈਂ ਤੁਹਾਨੂੰ ਦਿਖਾਉਂਦਾ ਜੀ। ਹੁਣ ਇਹਦੇ ਵਿੱਚ ਅਸੀਂ ਡਬਲ ਸਪੋਰਟ ਲਗਾ ਦਿੱਤੀ ਆ, ਦੇਖੋ ਨਾ ਜੀ, ਡਬਲ ਸਪੋਰਟ ਲਗਾ ਦਿੱਤੀ। ਅਗਰ ਕੋਈ ਐਕਸੀਡੈਂਟ ਵੀ ਹੋ ਜਾਂਦਾ ਨਾ ਜੀ ਸਾਡੇ ਪਲਾਂਟਰ ਦਾ, ਤਾਂ ਅਲਹਮਦੁਲਿਲਾ ਕਾਨ ਨਹੀਂ ਪਵੇਗੀ, ਇਸ ਚੀਜ਼ ਦੀ ਗਰੰਟੀ ਹੋਏਗੀ। ਜਦੋਂ ਉਹਨੂੰ ਕਾਨ ਪੈ ਜਾਏਗੀ ਨਾ ਐਕਸੀਡੈਂਟ ਦੇ ਹੋਣ ਦੇ ਨਾਲ, ਫਿਰ ਇੱਕ ਪਾਸੇ ਜ਼ਿਆਦਾ ਲੱਗਦਾ, ਇੱਕ ਪਾਸੇ ਲੱਗਦਾ ਨਹੀਂ, ਖੇਲੀ ਪ੍ਰੈਸ ਨਹੀਂ ਹੁੰਦੀ ਹੈਗੀ। ਇਹ ਨਿੱਕੀਆਂ ਨਿੱਕੀਆਂ ਚੀਜ਼ਾਂ, ਨਿੱਕੀਆਂ ਨਿੱਕੀਆਂ ਗੱਲਾਂ ਨਾ ਜੀ, ਕੋਈ ਕੋਈ ਦੁਕਾਨਦਾਰ ਤੁਹਾਨੂੰ ਸਮਝਾਉਂਦਾ, ਕੋਈ ਦੱਸਦਾ ਜੇ। ਅਤੇ ਬਾਕੀ ਮੈਂ ਇਹਦੇ ਪਿੱਛੇ ਜਿਹੜੇ ਸੀਡਰ ਅਸੀਂ ਲਗਾਉਂਦੇ ਹਾਂ ਉਹ ਕਿਹੜੀ ਕੁਆਲਿਟੀ ਦੇ ਲਗਾਉਂਦੇ ਪਏ ਹਾਂ, ਆਟੋਮੈਟਿਕ ਜਿਨ੍ਹਾਂ ਨੇ ਬੀਜ ਘੇਰਨਾ ਵਾ, ਕਿਹੜੀ ਕੁਆਲਿਟੀ ਦਾ ਲੱਗਦਾ ਪਿਆ, ਕਿਹੜੀ ਕੁਆਲਿਟੀ ਦਾ ਅਸੀਂ ਦੇ ਰਹੇ ਹਾਂ, ਉਹ ਵੀ ਮੈਂ ਤੁਹਾਨੂੰ ਦਿਖਾ ਦਿੰਦਾ ਜੀ। ਹੁਣ ਜਿਹੜਾ ਅਸੀਂ ਸੀਡਰ ਦੇ ਰਹੇ ਨਾ ਜੀ, ਹਾਂਜੀ, ਹੁਣ ਆ ਜਿਹੜਾ ਸੀਡਰ ਦੇ ਰਹੇ ਨਾ ਜੀ ਅਸੀਂ, ਹੁਣ ਇਹ ਵਾਲਾ ਸੀਡਰ ਦੇ ਰਹੇ ਹਾਂ ਜੀ, ਠੀਕ ਆ ਜੀ। ਆਹ ਤਾਂ ਟੁੱਟੀਆਂ ਲੱਗੀਆਂ ਹੋਈਆਂ ਇਹਨੂੰ, ਅਤੇ ਇਹਦਾ ਮੈਂ ਤੁਹਾਨੂੰ ਥੋੜ੍ਹਾ ਜਿਹਾ ਫੰਕਸ਼ਨ ਸਮਝਾ ਦਿੰਦਾ ਵਾ। ਇਹ ਦੇਖੋ ਹੁਣ ਆਹ ਸੀਡਰ ਹੈਗਾ ਨਾ ਜੀ, ਇਹ ਅਗਲੀ ਸਾਈਡ 'ਤੇ ਵੀ ਵਰਕ ਕਰਦਾ ਜੀ, ਅਗਲੀ ਸਾਈਡ 'ਤੇ ਵੀ ਵਰਕ ਕਰਦਾ ਜੀ, ਠੀਕ ਹੋ ਗਿਆ। ਉਸ ਤੋਂ ਬਾਅਦ ਇਹ ਪਿਛਲੀ ਸਾਈਡ 'ਤੇ ਵੀ ਵਰਕ ਕਰਦਾ ਜੀ। ਇਹ ਸੀਡਰ ਦੀ ਸਾਡੀ ਇਹ ਕੁਆਲਿਟੀ ਹੈਗੀ ਜੇ। ਉਸ ਤੋਂ ਬਾਅਦ ਇਹਦੇ ਨਾਲ ਡਾਈਆਂ ਆ ਜਾਂਦੀਆਂ ਜੀ, ਇਹ ਦੇਖੋ ਨਾ ਜੀ, ਹੁਣ ਇਹ ਡਾਈ ਹੈਗੀ ਜੀ 11 ਨੰਬਰ, ਇਹਦੇ ਨਾਲ ਤੁਸੀਂ ਨਰਮੇ ਦਾ ਬੀਜ ਕਾਸ਼ਟ ਕਰ ਸਕਦੇ ਹੋ, ਠੀਕ ਹੋ ਗਿਆ ਜੀ। ਇਹ ਨਰਮੇ ਵਾਸਤੇ ਹੈਗਾ ਜੇ, ਇਹ ਫਿਰ 33 ਨੰਬਰ ਡਾਈ ਜੀ ਜਿਹੜੀ ਆਮ ਰੂਟੀਨ ਦੇ ਵਿੱਚ ਚੱਲਦੀ ਜੇ। ਇਹ ਡਾਈਆਂ ਤੁਸੀਂ 10 ਡਾਈਆਂ ਦੇ ਨਾਲ ਐਕਸਟਰਾ ਹੁੰਦੀਆਂ ਜੇ, 10 ਡਾਈਆਂ ਐਕਸਟਰਾ ਦੇ ਨਾਲ ਫਿਰ ਆ ਰੂਲਾ ਜਿਹੜਾ ਪਿੱਛੇ ਪ੍ਰੈਸ ਕਰਦਾ ਮਿੱਟੀ ਨੂੰ, 10 ਡਾਈਆਂ ਤੁਸੀਂ ਚੇਂਜ ਵੀ ਕਰ ਸਕਦੇ ਹੋ। ਚੇਂਜ ਕਰਨ ਦਾ ਤਰੀਕਾ ਮੇਰੀ ਉਹ ਲਹਿਦਾ ਵੀਡੀਓ ਮੈਂ ਤੁਹਾਨੂੰ ਇਨਸ਼ਾਅੱਲਾ ਉਹ ਵੀ ਸਮਝਾਵਾਂਗਾ। ਫਿਰ ਇਹਦੇ ਵਿੱਚ ਜਿਹੜੀ ਇੱਕ ਹੋਰ ਚੇਂਜਿੰਗ ਹੈਗੀ ਹੈ ਨਾ ਜੀ, ਇੱਕ ਹੋਰ ਚੇਂਜਿੰਗ ਹੈਗੀ ਹੈ, ਉਹ ਹੈਗੀਆਂ ਗਰਾਰੀਆਂ, ਉਹ ਹੈਗੀਆਂ ਇਹ ਗਰਾਰੀਆਂ, ਇਹ ਵਾ ਮੈਗਨਾ ਸਟੀਲ ਦੀ ਗਰਾਰੀ ਇਹ ਵਾਲੀ, ਠੀਕ ਆ। ਪਿਛਲੇ ਸਾਲ ਤੋਂ 2 ਸਾਲਾਂ ਤੋਂ ਅਸੀਂ ਇਹ ਵਾਲੀਆਂ ਪਾਉਂਦੇ ਆ ਰਹੇ ਹਾਂ। ਇਹ ਹੈਗੀ ਹੈ ਪਲਾਸਟਿਕ ਦੀ ਗਰਾਰੀ, ਜਦੋਂ ਪਲਾਸਟਿਕ ਦੀ ਗਰਾਰੀ ਦੇ ਵਿੱਚ ਪਲੇ ਪੈ ਜਾਂਦੀ ਨਾ, ਦੇਖੋ ਜਦੋਂ ਦੰਦੇ ਨਾਲ ਦੰਦਾ ਚੱਲਦਾ ਵਾ, ਚੱਲ ਚੱਲ ਕੇ ਜਦੋਂ 70-80 ਕਿੱਲੇ 100 ਕਿੱਲਾ ਚੱਲਦਾ ਪਲੇ, ਜਦੋਂ ਪੈ ਜਾਂਦੀ ਤਾਂ ਜ਼ਿਆਦਾ ਪਲੇ ਪੈ ਜਾਂਦੀ ਹੈ, ਫਿਰ 2-3 ਦਾਣੇ ਸੁੱਟਣ ਲੱਗ ਪੈਂਦਾ, ਨਾਗਾ ਕਰਨ ਲੱਗ ਪੈਂਦਾ ਜੇ, ਉਹ ਇਹਦੇ ਵਿੱਚ ਪਲੇ ਨਹੀਂ ਪੈਂਦੀ। ਇਹ ਸੈੱਟ ਜਦੋਂ ਦਾ ਅਸੀਂ ਪਾਉਂਦੇ ਪਏ ਹਾਂ, ਇਹਦੇ ਨਾਲ ਜਿਹੜਾ ਸੀਡਰ ਅਸੀਂ ਦਿੰਦੇ ਪਏ ਹਾਂ, ਅਲਹਮਦੁਲਿਲਾ ਹਰੇ ਤੱਕ ਕਿਸੇ ਕਸਟਮਰ ਨੇ ਸਾਨੂੰ ਇਹ ਨਹੀਂ ਕਿਹਾ ਕਿ ਸਾਨੂੰ ਗਰਾਰੀ ਦਾ ਸੈੱਟ ਦੇ ਦਿਓ ਜਾਂ ਸਾਡੀ ਗਰਾਰੀ 'ਚ ਪਲੇ ਪੈ ਗਈ ਹੈ। ਇਹਦੇ ਵਿੱਚ ਬੈਰੰਗ ਵੀ ਪਏ ਨੇ ਜੀ, ਸੀਲਬੰਦ ਬੈਰੰਗ ਉਹਨੇ ਗਰੀਸ ਕੀਤੀ ਹੁੰਦੀ ਹੈ ਇਹਦੇ ਵਿੱਚ, ਠੀਕ ਹੋ ਗਿਆ। ਇਹਨੂੰ ਮੈਗਨਸ ਸਟੀਲ ਦੀ ਗਰਾਰੀ ਅਸੀਂ ਇਹ ਸੀਡਰ ਦੇ ਰਹੇ ਹਾਂ, ਅੱਛੀ ਕੁਆਲਿਟੀ ਦਾ। ਉਸ ਤੋਂ ਬਾਅਦ ਜਿਹੜਾ ਹੈਗਾ ਨਾ ਜੀ, ਇਹ ਸੀਡਰ ਦੇ ਵਿੱਚ ਅਸੀਂ ਜਿਹੜਾ ਉਹਨਾਂ ਨੇ ਬਹੁਤ ਅੱਛਾ ਪਲਾਸਟਿਕ ਯੂਜ਼ ਕੀਤਾ ਹੈਗਾ ਜੀ ਸੀਡਰ, ਇਹ ਇੰਪੋਰਟ ਹੋ ਗਏ ਚਾਈਨਾ ਦੇ ਵਿੱਚੋਂ ਆਇਆ ਜੇ। ਹੁਣ ਜਿਹੜੀਆਂ ਗਰਾਰੀਆਂ ਮੈਂ ਤੁਹਾਨੂੰ ਦਿਖਾਈਆਂ ਨਾ ਲੋਹੇ ਵਾਲੀਆਂ ਮੈਗਨਸ ਸਟੀਲ ਦੀਆਂ, ਇਹ ਪਾਕਿਸਤਾਨ ਦੀਆਂ ਬਣੀਆਂ ਹੋਈਆਂ। ਅਗਰ ਤੁਸੀਂ ਗਰਾਰੀਆਂ ਲੈਂਦੇ ਹੋ ਨਾ ਜੀ, ਅਤੇ ਉਹਦਾ ਰੇਟ ਹੋਰ ਹੋਏਗਾ, ਓਰੀਜਨਲ ਲਵੋਗੇ ਉਹਦਾ ਰੇਟ ਹੋਰ ਹੋਏਗਾ, ਪਲਾਸਟਿਕ ਦੀ ਗਰਾਰੀਆਂ ਦਾ ਰੇਟ ਹੋਰ ਹੋਏਗਾ, ਠੀਕ ਆ ਜੀ। ਬਾਕੀ ਬਹੁਤ ਸ਼ੁਕਰੀਆ ਸਾਰੇ ਦੋਸਤਾਂ ਦਾ ਜਿਨ੍ਹਾਂ ਨੇ ਸਾਡੇ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੈ, ਦੋਸਤਾਂ ਸ਼ੇਅਰ ਕਰਦੇ ਨੇ, ਉਹ ਸਾਡੀ ਵੀਡੀਓ ਆਉਣ ਇੰਤਜ਼ਾਰ ਕਰਦੇ ਨੇ। ਕਿਸੇ ਵੀ ਮਾਲੂਮਾਤ ਲੈਣੀ, ਕਿਸੇ ਵੀ ਜ਼ਰੀਲਾ ਦੀ, ਇਨਸ਼ਾਅੱਲਾ ਸਾਰੇ ਜ਼ਰੀਲਾ ਦੀ ਮਾਲੂਮਾਤ ਵੀ ਮਿਲੇਗੀ, ਜ਼ਰੀਲਾ ਤਾਂ ਮਿਲਣਗੇ ਵੀ। ਬਹੁਤ ਸ਼ੁਕਰੀਆ ਸਾਰੇ ਦੋਸਤਾਂ ਦਾ ਜੀ। ਇਹ ਸਾਡੀ ਵਰਕਸ਼ਾਪ ਜੇ, ਸ਼ੋਰੂਮ ਬਣਦਾ ਪਿਆ ਜੇ ਇਹ ਵਾਲਾ, ਠੀਕ ਆ ਜੀ, ਖਲੀਫਾ ਅਫਜ਼ਲ ਦਰਈ ਇੰਡਸਟਰੀ। ਮੇਰਾ ਫੋਨ ਨੰਬਰ ਆ, ਨੋਟ ਕਰ ਲਵੋ, 0345, ਇਹ ਮੇਰਾ ਫੋਨ ਨੰਬਰ ਹੈਗਾ ਜੇ, 0345-7545-358, 0345-7545-358 ਮੇਰਾ ਵਟਸਐਪ ਦਾ ਨੰਬਰ ਵੀ ਹੈ ਜੀ, ਇਹ ਜੈਜ਼ ਦੇ ਵਿੱਚ ਕਨਵਰਟ ਆ ਜੀ, ਇਹਦੇ 'ਤੇ ਤੁਸੀਂ ਮੇਰੇ ਕੋਲ ਫੋਨ ਕਰਕੇ ਡਿਟੇਲ ਲੈ ਸਕਦੇ। ਜਜ਼ਾਕ ਅੱਲਾ, ਸਲਾਮ ਅਲੈਕੁਮ।